ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਕਿਰਪਾ ਹੋ ਰਹੀ ਹੈ। 20ਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਪਾਵਨ ਅਸਥਾਨਾਂ 'ਤੇ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਬੈਠ ਕਰਕੇ ਆਪ ਸੰਗਤਾਂ ਬੜੇ ਪਿਆਰ ਦੇ ਨਾਲ ਰੱਬੀ ਬਾਣੀ ਦਾ ਕੀਰਤਨ ਸਰਵਣ ਕਰ ਰਹੀਆਂ ਸਨ। ਰੱਬੀ ਬਾਣੀ ਦਾ ਕੀਰਤਨ ਹਜ਼ੂਰੀ ਰਾਗੀ ਜਥਾ ਭਾਈ ਹਰਵਿੰਦਰ ਸਿੰਘ ਜੋ ਬੜੇ ਪਿਆਰ ਦੇ ਨਾਲ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ। ਰਾਗੀ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਬਹੁਤ ਹੀ ਸਤਿਕਾਰਯੋਗ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ ਚੇਤ ਦੇ ਸੰਗਰਾਂਦ ਦੇ ਦਿਹਾੜੇ ਦੀ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝੀ ਕਰਨਗੇ। ਆਓ ਇਹਨਾਂ ਦੇ ਪਾਸੋਂ ਕਥਾ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮੰਨੈ ਗੁਰੂ ਨਿਸਤਾਰੇ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹੂ ਜਿਸ ਪਾਸ ਬੈਠਿਆਂ ਸੋਹੀਐ ਸਭਨਾਂ ਦਾ ਵਿਸਾਹੋ ਹਮੇ ਅਵਗੁਣ ਭਰੇ ਏਕ ਗੁਣ ਨਾਹੀਂ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੁੱਲੇ ਸੁਤਦਾ ਰਸ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਿਹ ਮਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਨਾਈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮੰਨੈ ਪ੍ਰਤੱਖ ਗੁਰੂ ਨਿਸਤਾਰੇ ਵਾਹਿਗੁਰੂ ਜੀ ਬਾਰਹ ਮਹਾ ਮਾਝ ਮਹੱਲਾ ਪੰਜਵਾ ਘਰ ਚੌਥਾ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ ਚਾਰ ਕੁੰਟ ਦਹਿ ਦਿਸ ਭਰਮੇ ਥੱਕ ਆਏ ਪ੍ਰਭ ਕੀ ਸ਼ਾਨ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ ਚਾਰ ਕੁੰਟ ਦਹਿ ਦਿਸ ਭਰਮੇ ਥੱਕ ਆਏ ਪ੍ਰਭ ਕੀ ਸ਼ਾਨ ਤੇਨ ਦੁਦਾਤੇ ਬਾਰੀ ਕਿਤਨ ਆਵੈ ਕਾਮ ਜਲ ਬਿਨ ਸਾਖ ਕਮਲਾਵਤੀ ਉਪਜਹਿ ਨਾਹੀ ਦਾਮ
ਹਰ ਨਾਹਨ ਮਿਲੀਐ ਸਾਜਣ ਕਤ ਪਾਈਐ ਬਸਰਾਮ ਜਿਤ ਘਰ ਹਰ ਕੰਤਨ ਪ੍ਰਗਟਈ ਭੱਠ ਨਗਰ ਸੇ ਗ੍ਰਾਮ ਸਰਬ ਸਿਗਾਰ ਤੰਗੋਲ ਰਸ ਸੰਦੇਹੀ ਸਭ ਖਾਮ ਪ੍ਰਭ ਸੁਆਮੀ ਕੰਤ ਵਿਹੂਣੀਆਂ ਮੀਤ ਸਜਣ ਸਭ ਜਾਮ ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀ ਜੈ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਸ਼ਚਲ ਧਾਮ ਚੇਤ ਗੋਬਿੰਦ ਰਾਧੀਆ ਹੋਵੈ ਆਨੰਦ ਘਨਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸੈ ਗਣਾ ਇੱਕ ਖਿਣ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਲ ਤਲ ਮਹੀਅਲ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਭ ਚੇਤਨ ਆਵਈ ਕਿਤੜਾ ਦੁੱਖ ਗਣਾ ਜਿਨੀ ਰਾਵਿਆ ਸੋ ਪ੍ਰਭੂ ਤਿਨਕਾ ਤਿੰਨਾ ਭਾਗ ਮਣਾ ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਨ ਹਰ ਚੇਤ ਮਿਲਾਏ ਸੋ ਪ੍ਰਭੂ ਤਿਸ ਕਹਿ ਪਾਏ ਲੱਗਾ ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਤਿਸ ਕਹਿ ਪਾਏ ਲੱਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਭਗਤ ਪਾਵਨ ਭਗਤ ਵਿਛਲ ਕਿਰਪਾ ਦੇ ਖਜ਼ਾਨੇ ਜੁਗੋ ਜੁਗ ਅਟਲ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਗੁਰਦੁਆਰਾ ਸੰਤ ਖਾਲਸਾ ਵਿਖੇ ਜੁੜੇ ਹੋਏ ਗੁਰੂ ਖਾਲਸਾ ਜੀ, ਅੱਜ ਸਰਾਂ ਦਾ ਮਹੀਨਾ ਹੈ ਅਥਵਾ ਗੁਰਸਿੱਖਾਂ ਦਾ ਨਵਾਂ ਸਾਲ ਚੜ੍ਹਿਆ ਹੈ। ਸ਼ਮਤ ਸਾਲ ਦੇ ਹਿਸਾਬ ਨਾਲ ਗੁਰਬਾਣੀ ਦੇ ਹੁਕਮ ਅਨੁਸਾਰ ਸਤਿਗੁਰੂ ਜੀ ਨੇ ਜਿਹੜਾ ਆਪਾਂ ਪਾਠ ਸਰਵਣ ਕੀਤਾ ਹੈ 12 ਮਹਾ ਮਾਝ ਰਾਗ ਵਿੱਚ, ਸੋ ਇਸੇ ਤਰ੍ਹਾਂ ਹੀ ਤੁਖਾਰੀ ਰਾਗ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਨੇ 12 ਮਹਾ ਉਚਾਰਨ ਕੀਤਾ ਹੈ। ਤੂੰ ਸੁਣ ਕਿਰਤ ਕਰਮਾ ਪੁਰਬ ਕਮਾਇਆ, ਸਿਰ ਸਿਰ ਸੁਖਤ ਹੁਸਾਮਾ, ਦੇ ਸੋ ਤੂੰ ਭਲਾ। ਉੱਥੇ ਵੀ ਮਹਾਰਾਜ ਨੇ ਚੇਤ ਦੇ ਮਹੀਨੇ ਤੋਂ ਆਰੰਭਤਾ ਕੀਤੀ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਅੰਮ੍ਰਿਤਸਰ ਸਾਹਿਬ ਦੇ ਵਿੱਚ ਵਿਰਾਜਮਾਨ ਸਨ ਤਾਂ ਉਸ ਵੇਲੇ ਬਹੁਤ ਸਾਰੀਆਂ ਸਿੱਖ ਸੰਗਤਾਂ ਦੂਰਾਂ ਦਰੇਡਿਆਂ ਤੋਂ ਆਉਂਦੀਆਂ। ਇੱਕ ਪੰਡਿਤ ਵਿਦਵਾਨ ਸਤਿਗੁਰੂ ਪਾਤਸ਼ਾਹ ਜੀ ਪਾਸ ਚਰਨਾਂ ਵਿੱਚ ਆਇਆ, ਬੇਨਤੀ ਕੀਤੀ, ਸਤਿਗੁਰੂ ਜੀ ਆਪ ਜੀ ਦੇ ਪਾਸ ਬਹੁਤ ਸਾਰੀਆਂ ਸਿੱਖ ਸੰਗਤਾਂ ਦੂਰਾਂ ਦਰੇਡਿਆਂ ਤੋਂ ਆਉਂਦੀਆਂ, ਮੈਂ ਗਰੀਬ ਹਾਂ, ਉਹ ਵਿਦਵਤਾ ਮੇਰੇ ਪਾਸ ਹੈ, ਆਪ ਜੀ ਕਿਰਪਾ ਕਰੋ, ਮੈਂ ਮਹੀਨੇ ਦਾ ਉਪਦੇਸ਼ ਸੁਣਾ ਦਿਆ ਕਰਾਂ। ਤਾਂ ਸੰਗਤਾਂ ਜੋ ਮਾਇਆ ਭੇਟਾ ਦੇਣੀ ਜਾਂ ਉਹਦੇ ਨਾਲ ਮੇਰਾ ਰੁਜ਼ਗਾਰ ਚੱਲ ਜਾਵੇਗਾ। ਸਤਿਗੁਰੂ ਜੀ ਨੇ ਆਗਿਆ ਦੇ ਦਿੱਤੀ, ਕਾਫੀ ਸਮਾਂ ਆਈਆਂ ਗਈਆਂ ਸੰਗਤਾਂ ਨੂੰ ਉਪਦੇਸ਼ ਬਖਸ਼ਦਾ ਰਿਹਾ, ਸੁਣਾਉਂਦਾ ਰਿਹਾ, ਸਹਿਜੇ ਸਹਿਜੇ ਉਹਦੇ ਮਨ ਵਿੱਚ ਹੰਕਾਰ ਆਇਆ ਕਿ ਦੇਖੋ ਪੰਡਿਤ ਲੋਕ ਤਾਂ ਅਸੀਂ ਹਾਂ, ਵਿਦਵਤਾ ਸਾਡੇ ਪਾਸ ਹੀ ਹੈ ਨਾ, ਜੇ ਮੈਂ ਉਪਦੇਸ਼ ਨਾ ਸੁਣਾਵਾਂ ਤਾਂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਤਸ਼ਾਹ ਐਸਾ ਕੋਈ ਸਿੱਖ ਨਹੀਂ, ਐਸਾ ਕੋਈ ਵਿਦਵਾਨ ਨਹੀਂ ਜਿਹੜਾ ਮੇਰੇ ਵਾਂਗ
अन्या संगतां नूं उपदेश सुनाया करे। इसलिए उन्हें मन विच सोचिया कि इस वार महीने का उपदेश सुनाउण वास्ते नहीं जावांगा, आपे आईआं गईआं संगतां मुड़ जाणगीआं। इस तरह किया ना गया। बाबा बुढ़ा जी ने सिख भेज के स्नेहा भेजा, भाई समा हो गया है, तू आके उपदेश सुनाउणा कर। आना बहाना लाया, ना आया। बाबा जी ने फिर सिख भेजिया, तीजी बार भेजिया, ना आया। गुरसिखां नूं संबोधन होके बाबा जी ने कहा कि भाई फिक्र ना करो, धन गुरु अर्जन साहब सच्चे पातशाह जी जगत जलंधे नूं तारनहार हन, जिन्हां ने बेअंत बाणी रचना कीती है और पहले सतगुरां दीआं उचारण कीतियां बाणियां नूं एकत्र कर रहे हन। इस करके फिक्र ना करो, सतगुरु दे चरणां च अरदास करांगे, सारे सिख इकट्ठे हो के बेनती करांगे, महाराज आप ही कृपा करो। जदों सतगुरु जी दीवान विच सजे, सो पहलां संगतां विच होई वी चार दिन ताक सतगुरु सच्चे पातशाह जी दे सनमुख बाबा बुढ़ा जी गल विच परना पा के हथ जोड़ के बेनती कीती, सतगुरु जी समुचियां संगतां वल्लों बेनती है, जिथे भाई बहलो जी, भाई सालो जी, भाई मांझ जी वर्गे ब्रह्म ग्यानी, भाई गुरदास जी, बाबा बुढ़ा जी बेअंती गुरु के सिख सजे हुए सन। सतगुरु जी महाराज सच्चे पातशाह जी कहिंदे, बाबा जी तुसी सत्कारयोग हो, तुसी बैठिया बैठे बेनती करो, दसो की गल है। कहिंदे नहीं सतगुरु जी, ये सारे सिखां दी बेनती है, इसलिए आप प्रवान करो कि जिहड़ा तुसी फला उपदेश देन वास्ते बाहरों विद्वान सद्दे हो, वह तो मन में हंकार करके बैठ गया, इसलिए सतगुरु जी कृपा करो, बारह ही महीनों का उपदेश बाणी के द्वारा दसाउणा करो, ता कि गुरु के सिख बाणी पढ़िया करन, उस विचों ही उपदेश प्राप्त हो जा करे। सतगुरु जी ने गुरसिखां दी बेनती मन के, बाबा बुढ़ा जी की बेनती मन के, साध संगत जी जो गुरद्वारा दीवान हाल है ना अमृतसर साहब विखे मंजी साहब, उहदे बार बार एक छोटा जिहा मंजी साहब बनिया होया, नाल निशान साहब लगा होया, उस थड़ा साहब के उपर बैठ के सतगुरु पातशाह जी ने यह बारह महां की बाणी उचारण कीती सी, ता ही उस सारे हाल का ना भी मंजी साहब ता ही है। उस मंजी साहब विखे सतगुरु जी ने यह बारह महा उचारिया, जिस विच 14 पौड़ियां हैं, जिहड़ी आपां पहला पौड़ी सुनी, किरत करम के विछड़े कर कृपा मिलो राम, ये मंगल कीता सतगुरु जी, साढ़े जीवां का हाल दस्या है, बेनती है समुची लुकाई वालों उस अकाल पुरख वाहिगुरु के चरणा च। तो जिहड़ी 14वीं पौड़ी है, जिन जिन नाम ते आया तिन के काज सरे, हर गुर पूरा आराध्या दरगाह सच करे, वह साध संग जी महत्व है बाणी का, जिहड़ी बारह महां की बाणी पढ़न का रोजाना ही बहुत सारे गुरसिख बारह महां जबानी याद किया होया रोज़ नितनेम करते ने, जां गुटका साहब तो करते ने, पंजां बाणियां तो अलावा गुरु के सिख बेअंत बाणियां पढ़ते ने। सो महाराज ने इस बाणी का महात्म 14वीं पौड़ी विच दस्या है। सो आओ सतगुरु पातशाह जी माझ राग दे विच ये बारह महीनों का उपदेश बख्शन लगे हैं। पंचम पातशाह जी ने चौथे घर सुर ताल विच रागी सिंघां नूं गवैयां नूं भट्टां नूं ढाडियां नूं ये बाणी गाउण का उपदेश हुक्म किया है। एक ओंकार सतगुर प्रसाद जो एक वाहिगुरु है, एक अकाल पुरख है,
जो जाति सुगादी सुगद भेद तो रहत है सतगुरु जी, ओंकार जो सारे संसार का प्रतपालक है, वो सतगुरां दी कृपा दे सदका प्राप्त हुंदा है। जो द्वैत रूप ब्रह्म है, सत चेतन स्वरूप है, सत चेतन आनंद स्वरूप है, वो वाहिगुरु सतगुरां दी कृपा दा नाल कृपा दे नाल प्राप्त हुंदा है। हुण सतगुरु सच्चे पातशाह जी अपने जीवन का हालात लिख के कि साड़ी क्यों जी हालत है, महाराज साढ़े ते कृपा करो। जग्यासुर मुख द्वारा सतगुरु सच्चे पातशाह जी संबोधन होते ने, किरत करम के विछड़े कर कृपा मेलो हो राम। महाराज जी आप जी ने क्योंकि जीवन सुतंत्र बनाया किरत करने वास्ते, जिसनों क्रिया मान कर्म भी कह देंदे हन, इस किरत करम के उपरों संचित कर्म बनता है, फिर परालब्ध बनती है। साध संग जी जिहड़ा असीं रोज़ कर्म करते हैं, महाराज ने हुक्म कर दिता खेती वणज सब हुक्म है, हुक्मे मन वड़ियाई राम, नामा कह तलोचना मुख ते नाम संभाल, हाथ काओ पाओ कर काम सब चीत निरंजन नाल। चित दे नाल उस अकाल पुरख नूं आराधना है। इस वास्ते जिहड़े सिखी दे मुढ़ले असूल हन, नाम जपो किरत करो वंड छको, उहदे तों लांभे नहीं जाण। किरत करनी है, किरत नूं कर्म कहा, किरत कर्म के विछड़े। महाराज सच्चे पातशाह साढ़े कीते हुए कम्मां कारण जिहड़े साढ़े कोलों ना करन जो कम सी ओह होए, उन्हां करके महाराज साडी आत्मा परमात्मा तों विछड़ गई, विछोड़ा पै गया, असीं दूर हो गए हाँ। महाराज सच्चे पातशाह कृपा करो, आप जी का सुभा है जो सरन आवै तिस कंठ लावै बिरद स्वामी संदा, सानू मेल लो महाराज, मेल लिहो दयाल ढै पए द्वारिया। महाराज जी कृपा करके आप जी द्वार ते आके आप जी दरबार च आके अरदास बेनती कीती है, कृपा करके आप मेलना करो, कर कृपा मेलो हो राम। हे अकाल पुरख वाहिगुरु सानू आप दे विच अभेदता बख्शिश करो। महाराज कहिंदे की गल भाई, इन्नी की गल है, काहदे लई नहीं कि आके बेनती करते हो, होर भी बड़े टिकाने ने, बड़े थां ने। सतगुरु जी फरमाते ने चार कुंट दै दिस भ्रमे, थक आए प्रभ की शाम। महाराज चारा ही कुंटा तो उत्तर दे उत्तर पछम पूर्व आदक चारा ही दिशावां तो असी महाराज भरमदे भरमदे आए हाँ। कितें भी महाराज सच्चे पातशाह जी ढोई नहीं मिलती, कितों आसरा नहीं मिलता। इस करके एक बारी नहीं, इत्थे कई जूनां दे विच्चों भी भड़कदे आए, कई जन्म पए कीट पतंगा, कई जन्म का जमीन करंगा, कई जन्म पंखी सर्प होयो, कई सर कई जोन जोन पंखी सर्प होयो। महाराज कई बार सप्प दीआं लम्मीआं जूनां च पए, कई जून हैवर सरप जोयो, मिल जगदीश मिलन की बरिया, चिरंकाल ए देह संजरिया। बड़ी देर तो बाद महाराज ये मनुखा देह आप जी ने दिती है, इसलिए आप जी कृपा करके साड़ी अरदास बेनती प्रवान करो। चार ही कुंटा तो असी महाराज घूमते आए हाँ, भरमदे आए हाँ, चार कुंटा चार खाणियां दे विच्चों घूमते आए महाराज। चारा खाणियां दे विच भी अंडज जेरज सेतज उत्पुज आदि खाणियां दे विच्चों आए हाँ। होर कोई भी जून ऐसी नहीं जिथे आप जी के चरणों का आसरा तका के आपकी भाव भगती हो सके। इसलिए सच्चे पातशाह जी सानू भरमद्या भरमद्या कृपा करके आप जी के नाल मिलना करो, आप जी के चरणों के नाल महाराज सच्चे पातशाह साड़ी अभेदता बख्श दियो। महाराज कहते भाई तू समझ पै गई कि परमात्मा के नाम तो बिना यह मनुखा देह भी व्यर्थ है। तुहानू यह समझ पै गई कि होर जूनां दे विच यह कर्म नहीं सी कीता जा सकता, पाव भगती वाला उद्दम उपराला नहीं सी हो सकता,
हाँ महाराज सच्चे पातशाह जी साड़ी हालत यह बनी हुई है, धेन दुध ते बाहरी कितन आवै काम, तेना मैं गऊ दा जिहड़ी गां दुध ना दिंदी होवे, जिहड़े लोग गऊ नूं माता मंनदे आ ना ਉਹ ਵੀ ਗਊ ਨੂੰ ਘਰੋਂ ਕੱਢ ਦਿੰਦੇ ਆ ਜੇ ਦੁੱਧ ਨਾ ਦਿੰਦੀ ਹੋਵੇ, ਵੀ ਕੌਣ ਪਾਲੇ, ਕੌਣ ਇਹਨੂੰ ਚਾਰਾ ਚਾਰੇ, ਕੌਣ ਇਹਦੀ ਸਾਰ ਸੰਭਾਲ ਕਰੇ, ਜਦੋਂ ਇਹਨੇ ਦੁੱਧ ਹੀ ਨਹੀਂ ਦੇਣਾ ਤੇ ਹੋਰ ਕੰਮ ਇਹਦਾ ਕੀ ਆ। ਇਸੇ ਤਰ੍ਹਾਂ ਮਹਾਰਾਜ ਸਾਡੀ ਜਿਹੜੀ ਬੁੱਧ ਹੈ, ਜੇ ਇਹ ਸਕਾਮ ਕਰਮਾਂ ਰੂਪ ਦੁੱਧ ਨਹੀਂ ਨਾ ਦਿੰਦੀ, ਬੁੱਧੀ ਦੇ ਵਿੱਚ ਇਹ ਸਕਾਮ ਕਰਮ ਹੀ ਹੈ ਨਹੀਂ, ਸ਼ੁਭ ਕਰਮ ਨਹੀਂ ਹੈਗੇ, ਤੇ ਫਿਰ ਇਹ ਕਿਸੇ ਕੰਮ ਨਹੀਂ ਹੈ। ਆਤਮ ਸ਼੍ਰੇਣੀ ਬੁੱਧ ਚੱਕੀ ਫਿਰੋ, ਚੰਚਲ ਤਾਈਆਂ ਵਾਲੀ ਬੁੱਧ ਚੱਕੀ ਫਿਰੋ, ਚਤਰਾਈਆਂ ਵਾਲੀ ਬੁੱਧ ਚੱਕੀ ਫਿਰੋ, ਇਹ ਕਿਸੇ ਕੰਮ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ, ਮਹਾਰਾਜ ਸੱਚੇ ਪਾਤਸ਼ਾਹ ਦਾ ਹੁਕਮ ਹੈ, ਸਾ ਮਤ ਦੇਹੋ ਦਿਆਲ ਜੇ ਤੁਮੇ ਅਰਾਧਾ। ਮਹਾਰਾਜ ਉਹ ਮਤ ਦੇਣੀ ਕਰੋ, ਉਹ ਬੁੱਧ ਦੇਣੀ ਕਰੋ ਜਿਹਦੇ ਕਰਕੇ ਅਸੀਂ ਆਪ ਜੀ ਦਾ ਜਾਪ ਕਰੀਏ। ਇਸ ਵਾਸਤੇ ਜਿਵੇਂ ਦੁੱਧ ਤੋਂ ਬਿਨਾਂ ਦੁੱਧ ਦੇਣ ਵਾਲੀ ਗਾਂ ਦਾ ਜੋ ਹਾਲ ਹੁੰਦਾ ਹੈ, ਉਹ ਮਹਾਰਾਜ ਸਾਡਾ ਹਾਲ ਹੋਇਆ ਪਿਆ ਹੈ। ਇਸ ਵਾਸਤੇ ਆਪ ਸ੍ਰੇਸ਼ਟ ਮਤ ਬੁੱਧ ਬਖਸ਼ੀ ਨਾ ਕਰੋ, ਜਲ ਬਿਨ ਸਾਖ ਕਮਲਾਵਤੀ ਉਪਜੈ ਨਾ ਹੀ ਤਾਮ। ਮਹਾਰਾਜ ਜੀ, ਪਾਣੀ ਤੋਂ ਬਿਨਾਂ ਖੇਤੀਆਂ ਸੁੱਕ ਜਾਂਦੀਆਂ ਨੇ, ਹਰੀਆਂ ਭਰੀਆਂ ਵੇਲਾਂ ਜਿਹੜੀਆਂ ਉਹ ਸੁੱਕ ਜਾਂਦੀਆਂ ਨੇ। ਇਸ ਕਰਕੇ ਐਸੀ ਸਾਡੀ ਹਾਲਤ ਬਣੀ ਹੈ, ਆਪਦਾ ਨਾਮ ਜਲ ਰੂਪ ਨਾਮ ਜਲ ਨਾ ਹੋਣ ਕਾਰਨ ਜੋ ਸਾਡੀ ਸ਼ੁਭ ਗੁਣਾਂ ਦੀ ਖੇਤੀ ਹੈ, ਸਤ ਸੰਤੋਖ ਦਇਆ ਧੀਰਜ ਖਿਮਾ ਵਿਚਾਰ, ਇਹ ਖੇਤੀ ਸਾਰੀ ਸੁੱਕੀ ਪਈ ਹੈ, ਸਾਰੀ ਦਿਨੋ ਦਿਨ ਸੁੱਕ ਰਹੀ ਹੈ। ਇਸ ਕਰਕੇ ਆਪ ਜੀ ਕਿਰਪਾ ਕਰੋ, ਇਹਦੇ ਵਿੱਚੋਂ ਫਿਰ ਜਿਹੜਾ ਦਾਮ, ਜਿਵੇਂ ਵੇਲਾਂ ਹੁੰਦੀਆਂ ਨਾ, ਦਾਮ ਨਾਮ ਉਧਰਦਾ ਹੈ, ਦਾਮ ਨਾਮ ਧਾਗੇ ਦਾ ਵੀ, ਜਿਹੜੀਆਂ ਆਪਾਂ ਵੇਲਾਂ ਬੀਜਦੇ ਹਾਂ ਨਾ, ਉਹ ਜਦੋਂ ਤਾਰਾਂ ਕੱਢਦੀਆਂ, ਤਾਗੇ ਕੱਢਦੀਆਂ, ਆਪਾਂ ਕਹਿੰਦੇ ਵੇਲ ਕੱਤਦੀ ਆ, ਸੋ ਉਹਦੇ ਤੋਂ ਬਾਅਦ ਉਹਨੂੰ ਫਲ ਲੱਗਦਾ, ਫੁੱਲ ਲੱਗਦੇ ਨੇ, ਹਰੀਆਂ ਭਰੀਆਂ ਹੁੰਦੀਆਂ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਨਾਮ ਜਲ ਤੋਂ ਬਿਨਾਂ ਸਾਡੀ ਸ਼ੁਭ ਗੁਣਾਂ ਦੀ ਖੇਤੀ ਜਿਹੜੀ ਕਮਲਾ ਰਹੀ ਹੈ, ਇਹਨੂੰ ਫਲ ਕੀ ਲੱਗਣਾ ਫਿਰ? ਮਹਾਰਾਜ ਸੱਚੇ ਪਾਤਸ਼ਾਹ ਜੀ, ਤੰਤੋ ਵੀ ਰਹਿਤ ਰਹਿ ਜਾਵੇਗੀ। ਸੋ ਇਸ ਵਾਸਤੇ ਹਰ ਨਾਹ ਨਾ ਮਿਲੀਏ ਸਾਜਣਾ, ਕਦ ਪਾਈਏ ਬਿਸਰਾਮ। ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਵੇਂ ਸੁਹਾਗਵਰਤੀ ਔਰਤ ਨੂੰ ਜਦੋਂ ਤੱਕ ਆਪਣਾ ਪਤੀ ਨਹੀਂ ਮਿਲ ਜਾਂਦਾ, ਉਹ ਕਦੋਂ ਵਿਸਰਾਮ ਕਰ ਸਕਦੀ, ਕਦੋਂ ਉਹਨੂੰ ਟੇਕ ਆਉਂਦੀ, ਨੀਂਦ ਆਉਂਦੀ ਹੈ? ਇਸ ਵਾਸਤੇ ਮਹਾਰਾਜ, ਆਪ ਪ੍ਰਭੂ ਸਾਡੇ ਨਾ ਪਤੀ ਹੋ, ਸਾਡੇ ਮਾਲਕ ਹੋ। ਜਿੰਨੀ ਦੇਰ ਤੱਕ ਮਹਾਰਾਜ ਸਾਡੀ ਆਤਮਾ ਨੂੰ ਆਪ ਜੀ ਦੇ ਨਾਲ ਅਭੇਦਤਾ ਪ੍ਰਾਪਤ ਨਹੀਂ ਹੁੰਦੀ, ਉਦੋਂ ਤੱਕ ਇਹ ਵਿਸਰਾਮ ਨਹੀਂ ਪਾ ਸਕਦੀ, ਜੂਨਾਂ ਦੇ ਵਿੱਚ ਘੁੰਮਦੀ ਰਹੇਗੀ, ਜੂਨਾਂ ਦੇ ਚੱਕਰ ਲਾਉਂਦੀ ਰਹੇਗੀ। ਜਿਤ ਘਰ ਹਰ ਕੰਤ ਨਾ ਪ੍ਰਗਟਈ, ਪਠ ਨਗਰ ਸੇ ਗ੍ਰਾਮ। ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਸ ਤਰ੍ਹਾਂ ਚੰਗੀਆਂ ਚੰਗੀਆਂ ਹਵੇਲੀਆਂ, ਚੰਗੇ ਚੰਗੇ ਘਰ ਮਹਿਲ ਮਾਣੀਆਂ ਹੋਣ, ਅਤੇ ਜਿਹੜਾ ਸਤਵੰਤੀਆਂ ਬੀਬੀਆਂ ਦਾ ਪਤੀ ਬਾਹਰ ਗਿਆ ਹੋਵੇ, ਪ੍ਰਦੇਸ਼ ਗਿਆ ਹੋਵੇ, ਕਿਸੇ ਕੰਮ ਕਾਰ ਲਈ ਵਿਛੋੜਾ ਪਿਆ ਹੋਵੇ, ਅਤੇ ਮਹਾਰਾਜ ਉਹ ਜਿਹੜੀਆਂ ਵੱਡੀਆਂ ਵੱਡੀਆਂ ਹਵੇਲੀਆਂ ਵੀ ਚੰਗੀਆਂ ਨਹੀਂ ਲੱਗਦੀਆਂ, ਅਤੇ ਉਹਨੂੰ ਜਿਹੜੇ ਵੱਡੇ ਵੱਡੇ ਨਗਰ ਗ੍ਰਾਮ ਨੇ, ਸ਼ਹਿਰ ਨੇ, ਉਹ ਵੀ ਉਜਾੜਾਂ ਭੱਠਾਂ ਦੀ ਤਰ੍ਹਾਂ ਨਜ਼ਰ ਆਉਂਦੇ ਹਨ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ, ਕਿਰਪਾ ਕਰੋ ਸਾਡੇ ਹਿਰਦੇ ਰੂਪ ਘਰ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਆਪ ਸਖਿਆਲਤਾ ਭਗਤ ਕੇ ਪ੍ਰਗਟ ਹੋਵੋ, ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਅਸੀਂ ਨਿੱਜ ਘਰ ਦੇ ਵਿੱਚ ਵਿਸਰਾਮ ਪਾ ਸਕਦੇ ਹਾਂ। ਤਾਂ ਨਹੀਂ ਤਾਂ ਇਹ ਸੁੰਦਰ ਸੁੰਦਰ ਸਰੀਰ, ਬੜੇ ਬਲ ਵਾਲੇ, ਬੜੇ ਸੋਹਣੇ, ਬੜੇ ਚਿੱਤਰ, ਅਤੇ ਮਹਾਰਾਜ ਪਰ ਇਹ ਕਿਸੇ ਕੰਮ ਨਹੀਂ। ਅਤ ਸੁੰਦਰ ਕੁਲੀਨ ਚਿੱਤਰ ਮੋਹ ਗਿਆਨੀ ਧਨਵੰਤ, ਮ੍ਰਿਤ ਕਹੀਏ ਨਾਨਕ ਜੋ ਪ੍ਰੀਤ ਨਹੀਂ ਭਗਵੰਤ, ਇਹ ਹਾਲਤ ਬਣ ਜਾਂਦੀ ਹੈ। ਸਰਵ ਸਿੰਗਾਰ ਤੰਬੋਲ ਰਸ, ਸਾਨ ਦੇਹੀ ਸਭ ਖਾਮ। ਮਹਾਰਾਜ ਸੱਚੇ ਪਾਤਸ਼ਾਹ ਜੀ, 36 ਪ੍ਰਕਾਰ ਦੇ ਭੋਜਨ ਹੋਣ, ਤਬੋਲ ਅਦਕ ਰਸਾਂ ਦਾ ਭਾਵੇਂ ਖਜ਼ਾਨਾ ਹੋਵੇ ਹੋਵੇ ਕੋਲ, ਪਰ ਮਹਾਰਾਜ ਜੀ ਜਿੰਨੀ ਦੇਰ ਤੱਕ ਆਪਦੇ ਵਿੱਚ ਭੇਦਤਾ ਨਹੀਂ, ਆਪਦਾ ਪ੍ਰੇਮ ਰਸ ਨਹੀਂ ਪ੍ਰਵਾਨ ਕੀਤਾ,
उदों तक महाराज सच्चे पातशाह 36 प्रकार के भोजन भी किसी काम नहीं, ये भी किसी काम नहीं आते, सांडे ही सब खाम। फिर महाराज जी इस तरह प्रतीत होंदा है, ये जिहड़े सारे पदार्थ है ना, ये भी इस देह नूं खाण वाले ने, खत्म कर देण वाले हन। इन्हां दे नाल भी महाराज सच्चे पातशाह जी फिर साडा कोई लगा प्रेम नहीं। प्रभ स्वामी कंत भी होनियां मीत सज्जन सब जाम। महाराज जी आप जी तो बिना हर प्रभ स्वामी संत भी होनियां, महाराज आप स्वामी मालक तो बिना भी होनियां तो बिना खाली। महाराज साड़ी जिहड़ी आत्मा है वो आप जी दे मिलाप तो खाली है, सखनी है। इस वास्ते कृपा ऐसी करो प्रभ स्वामी कंत विहूणियां मीत सज्जन सब जाम। जिन्नी देर तक आप दे विच विवेकता नहीं, आप जी दे नाल मिलाप नहीं, उन्नी देर तक बाकी दे जिहड़े दुनियावी मित्र सज्जन हन वह तो जमन की तरह है महाराज, उन्हां तों तां डर आउंदा है। इस करके कृपा करो, नानक की बेनंती आ कर कृपा दीजै नाम। दोवे हथ जोड़ के बेनती है महाराज, कृपा करो, बख्श लो, अपना नाम दिओ, आपदे नाम नाल जोड़ लो महाराज। साडी वस्ता बन जावे, ऊठत बैठत सोवत ध्याईऐ, मार्ग चलत हरे हर गाईऐ, श्रवण सुनीजै अमृत कथा, जास सुनी मन होए आनंदा, दुख रोग मन सगले लथा। महाराज ऐसी कृपा कर दो कि असीं उठदिआं बहिंदिआं आप जी दे नाल नाल ही जुड़े रहीए, ये साडी हथ जोड़ के बेनती है महाराज। इस बेनती नूं प्रवान करो, हर मेलो स्वामी संग प्रभ जिसका निश्चल धाम। महाराज जी आप कृपा करके सानू अपने नाल जोड़ लवो, आपदे चरणा नाल, आप जी दे नाम नाल, बाणी नाल जोड़ लवो। एक अहल धाम है, बाकी दुनिया के धाम ते आउण जाण वाले ने, ये महाराज अचल है आप जी का नाम जिहड़ा ना, जदों इहदे विच भेदता हो गई प्राप्त तो फिर आवन जाना मुक जाएगा, 84 का चक्कर भी मुक जाएगा, आप जी की कृपा होवेगी। ये महाराज सच्चे पातशाह जी ने मंगल बख्शिया है। धन गुरु अर्जन साहब शहीदां दे सरताज सतगुरु जी ने, गुरु गरीब नवाज सर्ब जीआं दे कल्याणकारी सतगुरु, ये मंगल बख्श के हुण चेत का महीना, साध संगत जी गुरसिखां का नवा साल, तां ही इत्थों आरंभ हुंदा ना। महाराज ने पहला महीना ही यह बख्शिश किया है, चेत गोबिंद आराधिया होवै आनंद घना। हुण महाराज हुकम दसदे ने, पहला बेनती की ना महाराज की करिए, की करना चाहिए, किवें आप जी दे नाल भेदता हो सकती, आपका शुभ नाम किवें प्राप्त हो सकता है। तो हुण सतगुरु सच्चे पातशाह जी तरीका दसदे ने, फरमाउंदे ने, चेत गोबिंद आराधिया होवै आनंद घना। भाई चेत दे महीने विच, ये चेत महीना महापुरख दसदे ने कि यह भी एक मनुखा जन्म जिहड़ा ना, ये चेत का महीना ही समझो, ये चेत का महीना है। तो ये नाल की करना, कहिंदे गोबिंद आराधी है वो पृथ्वी की पालना करन हारा वाहिगुरु अकाल पुरख वाहिगुरु, जिहड़ा दुनिया अंध तार दे विच कार दे विच ग्रसी हुई है, अन्नी हुई फिरदी है, जिथे कुछ भी नज़र नहीं आता। भाई गुरदास जी ने तांझे लिखे ना, सतगुर नानक प्रगटिया मिटी धुंद जग चानण होया, भरमा वहमा पखंडा करम कांडा दी अंधकार दे विच, अंधताई दे विच दुनिया छुपी पई सी, अंध अंधेर दे विच छुपी पई सी। इसे करके सतगुरु सच्चे पातशाह जी कहते, भाई जदों तक गुरु धारण ही ना कर दे, जे सो चंदा उगवै सूरज चढ़े हजार, इतने चानण होंदिया गुरबिन घोर अंधार। ये घोर अंधार लै ही नहीं सी सकता। इस वास्ते महाराज सच्चे पातशाह जी चेत गोबिंद आराधी है होवै आनंद घना। जी आप जी कृपा करो, जिहड़ा गोबिंद महाराज सच्चे पातशाह जी अग्ञान दे गाढ़े अंधारे दे विच भी प्रकाश करन नूं समर्थ है, उहदा नाम गोबिंद। असी तो महाराज विशिया वकारा विच, अंताई दे विच, निंदा चुगली बखीली दे विच फसे हुए हैं। आप जी कृपा करो, महाराज सच्चे पातशाह जी
ਗਿਆਨ ਅੰਜਨ ਗੁਰ ਦੀਆ ਗਿਆਨ ਅੰਧੇਰ ਬਨਾਸ਼ ਐਸੀ ਕਿਰਪਾ ਕਰ ਦਿਓ ਸਾਰੇ ਹਨੇਰੇ ਚੁੱਕ ਦਿਓ ਮਹਾਰਾਜ ਆਪ ਜੀ ਬਖਸ਼ ਕੇ ਚੇਤ ਗੋਬਿੰਦ ਅਰਾਧੀ ਹੈ ਮਹਾਰਾਜ ਫਰਮਾਉਂਦੇ ਨੇ ਕਿ ਭਾਈ ਚੇਤ ਦੇ ਮਹੀਨੇ ਵਿੱਚ ਮਨੁੱਖਾ ਜਨਮ ਦੇ ਵਿੱਚ ਜਦੋਂ ਅਸੀਂ ਉਸ ਗੋਬਿੰਦ ਦੀ ਆਰਾਧਨਾ ਕੀਤੀ ਨਾ ਐਸੀ ਮਹਾਰਾਜ ਕਿਰਪਾ ਕਰ ਦੇਣਗੇ ਹੋਵੇ ਆਨੰਦ ਘਣਾ ਅਤੇ ਫਿਰ ਬਹੁਤਾ ਹੀ ਆਨੰਦ ਹੋਵੇਗਾ। ਪ੍ਰਸ਼ਾਦੇ ਦਾ ਆਨੰਦ ਹੁੰਦਾ ਨਾ ਪਰ ਘਣਾ ਨਹੀਂ ਹੁੰਦਾ, ਥੋੜ੍ਹੇ ਚਿਰ ਦਾ ਹੁੰਦਾ, ਫਿਰ ਭੁੱਖ ਲੱਗਦੀ ਹੈ, ਫਿਰ ਉਹ ਆਨੰਦ ਖਤਮ ਹੋ ਜਾਂਦਾ। ਇੱਥੇ ਤਾਂ ਉਹ ਆਨੰਦ ਪ੍ਰਾਪਤ ਹੋ ਜਾਂਦਾ ਹੈ। ਗੁਰੂ ਕੇ ਸਿੱਖ ਇਸ ਅਵਸਥਾ ਵਿੱਚ ਪਹੁੰਚ ਜਾਂਦੇ, ਆਰਿਆਂ ਨਾਲ ਤਨ ਚਰਵਾ ਲੈਂਦੇ ਨੇ, ਉੱਬਲਦੇ ਦੇਗਿਆਂ 'ਚ ਬੈਠ ਜਾਂਦੇ ਨੇ, ਯੁੱਧ ਕਰਦਿਆਂ ਧਰਮ ਦੇ ਯੁੱਧ ਲੜਦਿਆਂ ਧੜ ਨਾਲੋਂ ਸੀਸ ਲੱਥ ਹੋ ਜਾਂਦਾ, ਅਲੱਗ ਹੋ ਜਾਂਦਾ ਹੈ। ਅਤੇ ਐਸੇ ਗੁਰੂ ਕੇ ਲਾਲ ਹੁੰਦੇ ਨੇ, ਉਸੇ ਸੀਸ ਨੂੰ ਤਲੀ 'ਤੇ ਰੱਖ ਕੇ ਮੀਲਾਂ ਤੱਕ ਖੰਡਾ ਵਾਹੁੰਦੇ ਯੁੱਧ ਲੜਦੇ ਨੇ ਭਾਈ, ਐਸਾ ਆਨੰਦ ਬਣ ਜਾਂਦਾ। ਭਾਈ ਮਣੀ ਸਿੰਘ ਵਰਗਿਆਂ ਦਾ ਸਾਧ ਸਿੰਘ ਬੰਦ ਕੱਟਿਆ ਗਿਆ, ਆਨੰਦ 'ਚ ਨਹੀਂ ਫਰਕ ਪਿਆ। ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਹਨ ਸਾਧ ਸੰਗਤ, ਆਪਾਂ ਸਾਰਾ ਇਤਿਹਾਸ ਜਾਣਦੇ, ਸਮਾਂ ਇੰਨਾ ਆਗਿਆ ਨਹੀਂ ਦਿੰਦਾ। ਸੋ ਮਹਾਰਾਜ ਕਹਿੰਦੇ ਇਹ ਘਣਾ ਆਨੰਦ ਪ੍ਰਾਪਤ ਹੋ ਜਾਏਗਾ ਭਾਈ, ਜਿਹੜਾ ਆਨੰਦ ਬਿਨਸੇਗਾ ਨਹੀਂ, ਐਸਾ ਉਹਨਾਂ ਦਾ ਜੀਵਨ ਬਣ ਜਾਏਗਾ, ਉਹਨਾਂ ਦਾ ਜੀਵਨ ਹੀ ਨਾਮ ਬਣ ਜਾਏਗਾ, ਬਾਣੀ ਬਣ ਜਾਏਗਾ। ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਕਿ ਉਦਮ ਕਰਿਆ ਕਰੋ ਭਾਈ, ਉਦਮ ਕਰਕੇ ਪਰਮਾਤਮਾ ਦਾ ਨਾਮ ਜਪਿਆ ਕਰੋ। ਬਹੁਤ ਵਾਰੀ ਆਪਾਂ ਕਹਿੰਦੇ ਨਹੀਂ ਜੀ, ਸਵੇਰੇ ਉੱਠਣ ਨੂੰ ਜੀ ਨਹੀਂ ਕਰਦਾ, ਬਾਣੀ ਪੜ੍ਹਨ ਵਿੱਚ ਮਨ ਨਹੀਂ ਲੱਗਦਾ, ਅੰਮ੍ਰਿਤ ਛਕਣ ਨੂੰ ਹਲੇ ਠਹਿਰ ਜੀਗੇ, ਫਿਰ ਛਕ ਲਾਂਗੇ। ਨਹੀਂ ਭਾਈ, ਮਹਾਰਾਜ ਤਾਂ ਸੱਚੇ ਪਾਤਸ਼ਾਹ ਪੰਚਮ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਉਦਮ ਕਰੇਂਦੇ ਆ ਜੀਓ ਤੂੰ, ਕਮਾਵਦੇ ਆ ਸੁੱਖ ਪੁੰਚ, ਧਿਆਏ ਦਿਆ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਤੂੰ ਉਦਮ ਤੇ ਕਰ, ਤੈਨੂੰ ਬਖਸ਼ਿਆ ਤੇ ਗੁਰੂ ਨੇ ਕਰਨੀਆਂ, ਸ਼ਾਬਾਸ਼ ਭਾਈ। ਉਦਮ ਕਰੇਂਦੇ ਆ ਜੀਓ ਤੂੰ, ਜਿਉਂਦਾ ਰਹਿ ਭਾਈ, ਤੂੰ ਉਦਮ ਲੱਗਾ ਕਰਨ। ਤੇ ਜਦੋਂ ਉਦਮ ਕੀਤਾ, ਮਹਾਰਾਜ ਨੇ ਆਪ ਹੀ ਸੰਭਾਲ ਲੈਣਾ ਹੈ। ਇਸ ਵਾਸਤੇ ਹੋਵਾ ਆਨੰਦ ਘਣਾ, ਸੰਤ ਜਨਾ ਮਿਲ ਪਾਈਆ ਰਸਨਾ ਨਾਮ ਭਣਾ। ਤੇ ਫਿਰ ਭਾਈ ਮਹਾਰਾਜ ਕਹਿੰਦੇ ਕਿਵੇਂ ਪ੍ਰਾਪਤੀ ਹੋਊਗੀ, ਸੰਤਾਂ ਦੀ ਸੰਗਤ ਕਰ। ਜਿਹੜੇ ਅੱਜ ਲੋਕ ਚੁੰਚ ਗਿਆਨੀ ਕਹਿੰਦੇ ਨਾ, ਸੰਤ ਕੋਈ ਨਹੀਂ ਹੁੰਦਾ, ਸਾਧ ਸੰਗਤ ਜੀ, ਸੰਤਾਂ ਦੀ ਸੰਗਤ ਉਹਨਾਂ ਦੇ ਭਾਗਾਂ 'ਚ ਪ੍ਰਾਪਤੀ ਨਹੀਂ ਹੋਈ ਹੋਣੀ ਕਦੇ ਉਹਨਾਂ ਨੂੰ। ਕੋਈ ਸਹੀ ਸੰਤ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰਨਾਮਾ ਮਨ ਮੰਤ, ਧਨ ਸਹੀ ਨਾਨਕਾ ਪੂਰਨ ਸੋਈ, ਸੰਤ ਮਿਲਿਆ ਹੀ ਨਹੀਂ ਹੋਣਾ, ਨਹੀਂ ਤਾਂ ਕਦੇ ਵੀ ਨਾ ਕਹਿਣੇ। ਭਾਗਾਂ ਵਾਲਿਆਂ ਨੂੰ ਸੰਤਾਂ ਦੀ ਪ੍ਰਾਪਤ ਸੰਗਤ ਪ੍ਰਾਪਤ ਹੁੰਦੀ ਹੈ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾ ਰਹੇ ਹਨ ਕਿ ਸੰਤਾਂ ਦੇ ਸੰਗ ਵਿੱਚ ਮਿਲ, ਅਤੇ ਫਿਰ ਕੀ ਹੋਏਗਾ ਭਾਈ, ਰਸਨਾ ਨਾਮ ਭਣਾ। ਸੰਤ ਕਹਿਣਗੇ ਫਿਰ ਭਾਈ ਅੰਮ੍ਰਿਤ ਵੇਲੇ ਉੱਠਿਆ ਕਰੋ, ਨਾਮ ਜਪੋ। ਸ਼੍ਰੀ ਮਾਨ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਸੱਚਖੰਡ ਵਾਸੀ, ਜਦੋਂ ਕਿਤੇ ਇੱਕ ਦਿਨ ਦੀ ਛੁੱਟੀ ਲੈ ਕੇ ਆਉਣਾ ਨਾ, ਇੱਕ ਦਿਨ ਦੀ, ਭਾਵੇਂ ਸ਼ਾਮ ਨੂੰ ਫਿਰ ਚਲੇ ਜਾਈਏ ਜੱਥੇ 'ਚ, ਸੰਤਾਂ ਨੂੰ ਫਤਿਹ ਬੁਲਾਉਣੀ। ਸੰਤਾਂ ਨੇ ਪਹਿਲਾਂ ਹੀ ਕੀ ਪੁੱਛਣਾ, ਭਾਈ ਤਿਆਰ ਬਰ ਤਿਆਰ ਆ, ਚੜ੍ਹਦੀ ਕਲਾ ਹੈ, ਰਾਇਤਾਂ 'ਚ ਠੀਕ ਠਾਕ ਹੈ, ਇੱਕ ਦਿਨ 'ਚ ਹੀ, ਜੇ ਕੋਈ ਹਫ਼ਤਾ ਦੱਸਦੇ ਨੇ ਫਿਰ ਤਾਂ ਬਿਠਾ ਕੇ ਚੰਗੀ ਤਰ੍ਹਾਂ ਪੁੱਛਣਾ ਹੈ, ਪਰ ਜੇ ਇੱਕ ਦਿਨ ਵੀ ਛੁੱਟੀ ਆ ਗਏ ਨਾ, ਫਿਰ ਵੀ ਗਿਆਨ ਨੂੰ ਪੁੱਛਣਾ ਹੈ ਵੀ ਕੋਈ ਗਲਤੀ ਤਾਂ ਨਹੀਂ ਕੀਤੀ, ਕੋਈ ਕਰਾਇਆ ਤਾਂ ਨਹੀਂ ਕੀਤੀ, ਕਿਤੋਂ ਜੂਠਾ ਮਿੱਠਾ ਤਾਂ ਨਹੀਂ ਖਾ ਲਿਆ, ਕਿਸੇ ਤੰਬਾਕੂ ਪੀਣ ਵਾਲੇ ਦੇ ਹੱਥੋਂ ਤਾਂ ਨਹੀਂ ਕੋਈ ਛਕ ਲਿਆ, ਇੰਨੀ ਸੁਚੇਤ ਆ। ਇਹ ਸੰਤਾਂ ਦਾ ਜੀਵਨ ਆ ਭਾਈ, ਸੰਤ ਹੀ ਉਪਦੇਸ਼ ਦੇ ਸਕਦੇ ਆ, ਹਰ ਕੋਈ ਨਹੀਂ ਕਹਿ ਸਕਦਾ। ਸੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਫਿਰ ਉਹ ਹੁਕਮ ਕਰਦੇ ਨੇ ਕਿ ਭਾਈ ਰਸਨਾ ਦੇ ਨਾਲ ਐਵੇਂ ਕਿਸੇ ਦੀ ਨਿੰਦਿਆ ਚੂਲੀ ਦੇ ਵਿੱਚ ਸਮਾਂ ਬਰਬਾਦ ਨਾ ਕਰੋ, ਪਰਮਾਤਮਾ ਦਾ ਨਾਮ ਜਪਿਆ ਕਰੋ। ਅਤੇ ਉਹ ਫਿਰ ਹੁਕਮ ਕੀ ਕਰਦੇ ਨੇ, ਫਰਮਾਉਂਦੇ ਨੇ ਰਸਨਾ ਜਪੈ ਨਾਮ ਤਿਲ ਤਿਲ ਕਰ ਕੱਟੀ ਹੈ। ਕਹਿੰਦੇ ਭਾਈ ਜਿਹੜੀ ਰਸਨਾ ਨੇ ਨਾਮ ਹੀ ਨਾ ਜਪਿਆ, ਉਹ ਤਾਂ ਕੀਮਾ ਕੀਮਾ ਕੱਟੀ ਜਾਏਗੀ, ਫਾਇਦਾ ਕੀ ਹੋਏਗਾ, ਲਾਭ ਕੀ ਹੋਏਗਾ। ਇਸ ਵਾਸਤੇ ਮਹਾਰਾਜ ਜੀ ਫਰਮਾਉਂਦੇ ਨੇ, ਸੰਤ ਜਨਾ ਮਿਲ ਪਾਈਏ, ਸੰਤਾਂ ਦਾ ਸੰਗ ਪਾਉਣਾ ਕਰੋ ਭਾਈ, ਉਹਦੇ ਨਾਲ ਪਰਮਾਤਮਾ ਦਾ ਸੰਗ ਪ੍ਰਾਪਤ ਹੋਏਗਾ, ਕਿਉਂਕਿ ਉਹਨਾਂ ਦਾ ਉਪਦੇਸ਼ ਹੈ ਰਸਨਾ ਨਾਮ ਭਣਾ, ਰਸਨਾ ਦੇ ਨਾਲ ਨਾਮ ਦਾ ਭਜਨ ਕਰਨਾ, ਆਰਾਧਨਾ ਕਰਨੀ, ਉਹਨੂੰ ਜਪਣਾ। ਸੋ ਇਸ ਵਾਸਤੇ ਜਿਨ ਪਾਇਆ ਪ੍ਰਭ ਆਪਣਾ ਆਏ ਤੇ ਸੇਕਣਾ, ਜਿਨ੍ਹਾਂ ਨੇ ਭਾਈ ਆਪਣੇ ਪ੍ਰਭੂ ਦੀ ਪ੍ਰਾਪਤੀ ਕਰ ਲਈ, ਹੁਣ ਕਿੰਨਾ ਸੌਖਾ ਤਰੀਕਾ ਹੈ।
ਪੰਜਾਂ ਪਿਆਰਿਆਂ ਦੀ ਉਹ ਪੇਸ਼ ਕੋਈ ਸਮੇਧ ਜੱਗ ਨਹੀਂ ਕਰਨਾ, ਕੋਈ ਪੁੱਠੇ ਨਹੀਂ ਲਮਕਣਾ, ਕੋਈ ਘਰ ਬਾਰ ਨਹੀਂ ਤੱਕ ਤਿਆਗ ਦੇਣਾ, ਘਰੇ ਹੀ ਰਹਿਣਾ। ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਕਿਹਾ, ਸੰਦੇ ਹਾਂ, ਖੇਲਦੇ ਹਾਂ, ਪਹਿਨਦੇ ਹਾਂ, ਖਵਾਉਂਦੇ ਹਾਂ, ਵਿੱਚ ਹੋਵਾ ਮੁਕਤ, ਇਹੋ ਜਿਹਾ ਕੋਈ ਦਰ ਮਿਲ ਜਾਏਗਾ? ਕਿਤੋਂ ਵੀ ਨਹੀਂ ਮਿਲੇਗਾ। ਇਸ ਵਾਸਤੇ ਜਿਨ ਪਾਇਆ ਪ੍ਰਭ ਆਪਣਾ, ਜਿਨ੍ਹਾਂ ਨੇ ਕਲਗੀਧਰ ਪਾਤਸ਼ਾਹ ਦੀ ਪ੍ਰਾਪਤੀ ਕਰ ਲੈਣਾ, ਪੰਜਾਂ ਪਿਆਰਿਆਂ ਤੋਂ ਖੰਡੇ ਦਾ ਅੰਮ੍ਰਿਤ ਛਕ ਲਿਆ ਅਤੇ ਪੰਜਾਂ ਪਿਆਰਿਆਂ ਤੋਂ ਗੁਰਮੰਤਰ ਮੂਲ ਮੰਤਰ ਦ੍ਰਿੜ ਕਰਕੇ ਅਤੇ ਪੰਜਾਂ ਪਿਆਰਿਆਂ ਵੱਲੋਂ ਦੱਸੇ ਹੋਏ ਉਪਦੇਸ਼ ਨੂੰ ਧਾਰਨ ਕਰ ਲਿਆ, ਉਹਨਾਂ ਨੇ ਸਮਝ ਲਓ ਆਪਣਾ ਪ੍ਰਭੂ ਪ੍ਰਾਪਤ ਕਰ ਲਿਆ। ਇੱਥੇ ਸਤਿਗੁਰੂ ਜੀ ਫਰਮਾਉਂਦੇ ਨੇ, ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਿਣਾ, ਉਹ ਗਿਣਤੀ ਦੇ ਵਿੱਚ ਹੈ, ਦੂਜੀ ਤਾਂ ਗਿਣਤੀ ਕੋਈ ਨਹੀਂ। ਜਿਹੋ ਜਿਹੇ ਆਏ, ਜਿਹੋ ਜਿਹੇ ਨਾ ਆਏ, ਭਾਈ ਅਸੀਂ ਤਾਂ ਗਿਣਤੀ 'ਚ ਆਵਾਂਗੇ ਜੇ ਅਸੀਂ ਗੁਰੂ ਕੇ ਸਿੱਖ ਬਣ ਜਾਈਏ। ਸਿੱਖ ਵਾਸਤੇ ਮਹਾਰਾਜ ਨੇ ਉਪਦੇਸ਼ ਕੀਤਾ ਨਾ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰ ਨਾਮ ਧਿਆਵਾ। ਗੱਲ ਤਾਂ ਫਿਰ ਉੱਥੇ ਆ ਗਈ ਭਾਈ। ਇਸ ਵਾਸਤੇ ਅਸੀਂ ਜੇ ਗਿਣਤੀ ਵਿੱਚ ਆਉਣਾ ਹੈ ਕਿ ਅਸੀਂ ਵੀ ਗੁਰਸਿੱਖ ਹਾਂ। ਸਿੱਖ ਤਾਂ ਬੜੇ ਨੇ ਭਾਈ, ਬਥੇਰੇ ਸਿੱਖ ਸਿੱਖ ਵੇਖੀ ਦੇ ਠੇਕਿਆਂ 'ਤੇ ਖੜ੍ਹੇ ਹੁੰਦੇ ਆ, ਕੋਈ ਰਾਧਾ ਸਵਾਮੀਆਂ ਦੇ ਖੜ੍ਹਾ ਹੁੰਦਾ, ਕੋਈ ਝੂਠੇ ਸੌਦੇ ਵਾਲਿਆਂ ਦੇ ਖੜ੍ਹਾ, ਕੋਈ ਕਿਤੇ ਖੜ੍ਹਾ, ਕੋਈ ਨਗਾਏ 'ਤੇ ਤੁਰਿਆ ਫਿਰਦਾ, ਕੋਈ ਕਿਤੇ ਤੁਰਿਆ ਫਿਰਦਾ, ਸਿੱਖ ਤਾਂ ਉਹ ਵੀ ਘੁਆਉਂਦੇ ਨੇ, ਪਰ ਗਿਣਤੀ 'ਚ ਨਹੀਂ ਹੈ। ਗਿਣਤੀ 'ਚ ਕੌਣ ਹੈ? ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਜਿਨ ਪਾਇਆ ਪ੍ਰਭ ਆਪਣਾ ਆਏ ਤਿਸੈ ਗਿਣਾ। ਉਹ ਆਏ ਹੋਏ ਸੰਸਾਰ ਦੇ ਵਿੱਚ ਮਨੁੱਖਾ ਜਨਮ ਧਾਰ ਕੇ ਸਿੱਖਾਂ ਦੇ ਘਰੇ ਜਨਮ ਲੈ ਕੇ ਕਹਿੰਦੇ ਉਹ ਆਏ ਹੋਏ ਤਾਂ ਗਿਣਤੀ 'ਚ ਹੈ ਭਾਈ। ਜੇ ਪਰਮਾਤਮਾ ਦੇ ਨਾਮ ਨੂੰ ਪ੍ਰਾਪਤ ਕਰ ਲੈਣਗੇ, ਪ੍ਰਭੂ ਵਾਹਿਗੁਰੂ ਨੂੰ ਪ੍ਰਾਪਤ ਕਰ ਲੈਣਗੇ। ਇੱਕ ਖਿਣ ਤਿਸ ਬਿਨ ਜੀਵਨਾ ਬਿਰਥਾ ਜਨਮ ਜਣਾ। ਕਹਿੰਦੇ ਭਾਈ ਇੱਕ ਖਿਣ ਮਾਤਰ ਵੀ ਪ੍ਰਭੂ ਦੇ ਨਾਮ ਤੋਂ ਬਿਨਾਂ ਜਿਹੜਾ ਜੀਵਨ ਜਿਉਣਾ ਨਾ, ਕਹਿੰਦੇ ਉਹ ਬਿਰਥ ਹੈ। ਬਿਰਥਾ ਜਨਮ ਜਣਾ, ਜਣਾ ਨਾਮ ਹੁੰਦਾ ਹੈ ਪੈਦਾ ਹੋਣ ਦਾ, ਜਣਾ ਨਾਮ ਹੁੰਦਾ ਜਣੇ ਖਣੇ ਦਾ ਵੀ। ਕਹਿੰਦੇ ਭਾਈ ਉਹ ਤਾਂ ਜਣੇ ਖਣੇ ਦੇ ਵਿੱਚ ਹੀ ਹੈ। ਜਣਾ ਖਣਾ ਹਰ ਕੋਈ ਕੋਈ ਪਰਮਾਤਮਾ ਦਾ ਨਾਮ ਨਹੀਂ ਜਪ ਸਕਦਾ। ਕੌਣ ਜਪ ਸਕਦਾ ਹੈ ਭਾਈ? ਜਿਨ੍ਹਾਂ ਦੇ ਵੱਡੇ ਭਾਗ ਸਤਿਗੁਰੂ ਜੀ ਨੇ ਲਿਖ ਦਿੱਤੇ ਨੇ, ਜਿਨ੍ਹਾਂ ਨੂੰ ਸੰਗਤ ਪ੍ਰਾਪਤ ਹੋਈ, ਵਡਭਾਗੀ ਸਤਸੰਗਤ ਪਾਵੈ ਭਾਗਹੀਨ ਭਰਮ ਝੋਟਾ ਖਾਵੈ, ਤੁਰੇ ਫਿਰਦੇ ਨੇ ਬਥੇਰੇ। ਸੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਪੈਦਾ ਹੋਇਆ ਸੰਸਾਰ ਵਿੱਚ ਉਹ ਗਿਣਿਆ ਜਾਵੇਗਾ ਜਿਹੜਾ ਭਾਈ ਪਰਮਾਤਮਾ ਦੇ ਨਾਮ ਨੂੰ ਪ੍ਰਾਪਤ ਕਰ ਲਵੇਗਾ, ਨਹੀਂ ਤਾਂ ਇੱਕ ਖਿਣ ਤਿਸ ਬਿਨ ਜੀਵਨਾ ਬਿਰਥਾ ਜਨਮ ਜਨਾ। ਇੱਕ ਖਿਣ ਮਾਤਰ ਵੀ ਪ੍ਰਭੂ ਤੋਂ ਬੇਮੁੱਖ ਹੋ ਜਾਣਾ, ਪ੍ਰਭੂ ਦੇ ਸਿਮਰ ਨਾਲੋਂ ਟੁੱਟ ਜਾਣਾ, ਮਹਾਰਾਜ ਕਹਿੰਦੇ ਭਾਈ ਉਹ ਤਾਂ ਸਮਝੋ ਪੈਦਾ ਹੀ ਨਹੀਂ ਹੋਇਆ ਸੰਸਾਰ ਵਿੱਚ। ਬਿਰਥਾ ਜਨਮ ਜਨਾ, ਉਹਦਾ ਜਨਮ ਲਿਆ ਹੀ ਸੰਸਾਰ ਵਿੱਚ ਬਿਰਥਾ ਹੈ। ਸੋ ਜਲ ਥਲ ਮਹੀ ਅਲ ਪੂਰਿਆ ਰਵਿਆ ਵਿੱਚ ਬਣਾ। ਕਿਹਨੂੰ ਯਾਦ ਕਰਨਾ ਭਾਈ ਦੁਨੀਆਂ ਦੇ ਵਿੱਚ? ਕਿਹਨੂੰ ਯਾਦ ਕਰਦੇ ਹਾਂ? ਗੁਸਾਈ ਪ੍ਰਤਾਪ ਤਿਹਾਰੋ ਡੀਠਾ, ਕਰਨ ਕਰਾਵਣ ਉਪਾਏ ਸਮਾਵਣ, ਸਗਲ ਪਰਾਸਤ ਬੀਠਾ, ਰਾਣਾ ਰਾਓ ਰਾਜ ਭੈ ਰੰਕਾਵਣ, ਝੂਠੇ ਕਹਿਣ ਕਹਾਇਓ ਹਮਰਾ ਰਾਜਨ ਸਦਾ ਸਲਾਮਤ, ਤਾਕੋ ਸਗਲ ਘਟਾ ਜਸ ਗਾਇਓ। ਹੁਣ ਕਹਿੰਦੇ ਲਓ, ਕਹਿੰਦੇ ਜਿਹੜਾ ਸਾਡਾ ਰਾਜਨ ਹੈ, ਸਾਡਾ ਅਕਾਲ ਪੁਰਖ ਵਾਹਿਗੁਰੂ ਰੱਬ ਹੈ, ਉਹਦੀ ਕਹਿੰਦੇ ਸ਼ਕਤੀ ਵੇਖੋ ਕਿੰਨੀ, ਧਿਆਨ ਮਾਰ ਕੇ ਵੇਖੋ, ਕਹਿੰਦੇ ਕਿੰਨੀ ਕੁ ਸ਼ਕਤੀ ਉਹਦੀ ਭਾਈ। ਹਜ਼ੂਰ ਫਰਮਾਉਂਦੇ ਨੇ ਕਿ ਭਾਈ ਉਹ ਏਡਾ ਵੱਡਾ ਹੈ। ਉਪਮਾ ਸੁਣੋ ਰਾਜਨ ਕੀ, ਸੰਤੋ ਕਹਿਤ ਜੇਤ ਪਹੁੰਚਾ, ਬੇਸਮਾਰ ਬੇਅੰਤ ਸਵਾਮੀ ਉੱਚੇ ਹੀ ਤੇ ਉੱਚਾ, ਪਵਨ ਪਰੋਇਓ ਸਗਲ ਅਕਾਰਾ, ਪਾਪਕ ਕਾਸ਼ਟ ਸੰਗੇ, ਨੀਰ ਧਰਨ ਕਰ ਰਾਖੇ ਏਕਤ ਕੋਏ ਨਾ ਕਿਸੀ ਸੰਗੇ। ਅੱਗ ਤੇ ਪਾਣੀ ਦਾ ਮੇਲ ਕੋਈ ਨਹੀਂ, ਇੱਕ ਥਾਂ ਹੀ ਰੱਖੇ ਹੋਏ ਨੇ ਪਰਮਾਤਮਾ। ਏਡੀ ਵੱਡੀ ਸ਼ਕਤੀ ਆ ਉਸਦੀ। ਘੱਟ ਘੱਟ ਕਥਾ ਰਾਜਨ ਕੀ, ਚੱਲ ਹੈ ਘਰ ਘਰ ਤੁਮੈ ਅਮਾਹਾ, ਜੀ ਜੰਤ ਸਭ ਪਾਚੇ ਕਰਿਆ ਪ੍ਰਥਮੇ ਰਿਜਕ ਸੰਭਾਹਾ। ਜੀਵ ਨੂੰ ਬਾਅਦ 'ਚ ਪੈਦਾ ਕਰਦਾ ਹੈ, ਸਰਕਾਰਾਂ ਹੁੰਦੀਆਂ ਨਾ, ਕਹਿੰਦੇ ਅਸੀਂ ਰੁਜ਼ਗਾਰ ਦਾ ਪ੍ਰਬੰਧ ਕਰ ਦਿਆਂਗੇ, ਨੌਕਰੀ ਦਾ ਪ੍ਰਬੰਧ ਕਰ ਦਾਂਗੇ, ਪਰ ਸਾਡਾ ਜਿਹੜਾ ਰਾਜਾ ਨਾ ਅਕਾਲ ਪੁਰਖ ਵਾਹਿਗੁਰੂ, ਇਹਨੇ ਜੀਵ ਜੰਮਣ ਤੋਂ ਪਹਿਲਾਂ ਹੀ ਪ੍ਰਬੰਧ ਕੀਤਾ ਹੋਇਆ। ਸੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਜਲ ਥਲ ਮਹੀ ਅਲ ਪੂਰਿਆ ਰਵਿਆ ਵਿੱਚ ਬਣਾ। ਉਹ ਪਾਣੀ ਦੇ ਵਿੱਚ, ਥਲ ਧਰਤੀ ਦੇ ਵਿੱਚ, ਪਤਾਲਾਂ ਦੇ ਵਿੱਚ, ਆਕਾਸ਼ ਦੇ ਵਿੱਚ, ਮਹੀ ਅਲ ਆਕਾਸ਼ ਨੂੰ ਕਹਿੰਦੇ ਨੇ, ਆਕਾਸ਼ ਦੇ ਵਿੱਚ ਉਹ ਪੂਰਾ ਰਵਿਆ ਹੋਇਆ, ਵਿਆਪਿਆ ਹੋਇਆ, ਬਲਕਿ ਉਹਦੇ ਆਸਰੇ 'ਤੇ ਨੇ ਸਾਰੇ, ਜਲ ਵੀ ਥਲ ਵੀ
धरती भी पताल भी आकाश भी उहदे तारे होए ने उहदा आसरा है इहनां नूं रविआ विच बणा ते भाई जंगलां बेलियां दे विच भी आप ਉਹ ਪ੍ਰਭੂ ਵਿਆਪਕ ਹੈ ਘਟ ਘਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ ਇੱਥੇ ਹਰ ਭਾਈ ਕਣ ਕਣ ਦੇ ਵਿੱਚ ਜਰੇ ਜਰੇ ਦੇ ਵਿੱਚ ਉਸ ਪਰਮਾਤਮਾ ਦੀ ਜੋਤ ਹੈ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਣਾ ਵਾਹਿਗੁਰੂ ਸੋ ਪ੍ਰਭ ਚੇਤਨ ਆਵਈ ਕਿਤੜਾ ਦੁੱਖ ਗਣਾ ਕਹਿੰਦੇ ਭਾਈ ਇਹੋ ਜਿਹਾ ਮਾਲਕ ਜਿਹੜਾ ਪਾਣੀ 'ਚ ਧਰਤੀ 'ਚ ਦਰਖਤਾਂ 'ਚ ਹਰਿਆਵਲਤਾ ਵਿੱਚ ਮਨੁੱਖਾਂ ਵਿੱਚ ਪਸ਼ੂਆਂ ਵਿੱਚ ਸਾਰਿਆਂ ਵਿੱਚ ਰਵਿਆ ਹੋਇਆ ਹੈ ਅਤੇ ਸਾਰਿਆਂ ਦਾ ਕਲਿਆਣਕਾਰੀ ਵੀ ਹੈ ਮਤਾਂ ਸਮਝੋ ਕਿ ਉਹ ਕੇਵਲ ਸਿੱਖਾਂ ਦਾ ਹੈ ਨਹੀਂ ਭਾਈ ਹੁਣ ਤਾਂ ਜਿਹਨੇ ਜਪ ਲਿਆ ਉਹ ਤਾਂ ਉਸੇ ਦਾ ਹੀ ਹੈ ਉਹਦੇ ਨਾਲ ਹੀ ਉਹਦੀ ਮਿੱਤਰਤਾ ਹੈ ਉਹਦਾ ਹੀ ਉਹਨੇ ਉਧਾਰ ਕਰਨਾ ਹੈ ਸੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹੈ ਕਿ ਭਾਈ ਸੋ ਪ੍ਰਭ ਚੇਤਨ ਆਵਈ ਜਿਹੜਾ ਐਡੀ ਸ਼ਕਤੀ ਦਾ ਮਾਲਕ ਹੈ ਜਿਹੜਾ ਲੋਕ ਪ੍ਰਲੋਕ ਦੀ ਰੱਖਿਆ ਕਰਨ ਨੂੰ ਸਮਰੱਥ ਹੈ ਅਤੇ ਐਸੇ ਮਾਲਕ ਪ੍ਰਭੂ ਨੂੰ ਵੀ ਜੇ ਯਾਦ ਨਾ ਕੀਤਾ ਹਜ਼ੂਰ ਫਰਮਾਉਂਦੇ ਨੇ ਜੇ ਤਾਂ ਵੀ ਤੇਰੇ ਚਿੱਤ ਵਿੱਚ ਨਾ ਆਇਆ ਇੰਨੇ ਉਹਦੇ ਗੁਣ ਸੁਣ ਕੇ ਇੰਨੀਆਂ ਵਡਿਆਈਆਂ ਸੁਣ ਕੇ ਇਹ ਜਾਣਦਾ ਤੂੰ ਇਹ ਲੋਕ ਸੁਖੀਏ ਪ੍ਰਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਤਾਂ ਵੀ ਜਾਣਦਾ ਅਤੇ ਫਿਰ ਵੀ ਜੇ ਉਹਨੂੰ ਯਾਦ ਨਾ ਕੀਤਾ ਉਹਦੀ ਰਹਿਤ ਮਰਜ਼ਾਦਾ ਦੇ ਵਿੱਚ ਨਾ ਆਇਆ ਅਤੇ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਭਾਈ ਇਸ ਪਾਸੇ ਉੱਦਮ ਹੀ ਨਾ ਕੀਤਾ ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਸੋ ਪ੍ਰਭ ਚੇਤਨ ਆਵਈ ਕਿਤੜਾ ਦੁੱਖ ਗਣਾ ਫਿਰ ਭਾਈ ਕਹਿੰਦੇ ਗਿਣਤੀ ਤੋਂ ਬਾਹਰਾ ਦੁੱਖ ਹੈ ਕਿਉਂਕਿ ਜਮਾਂ ਦੇ ਦੁੱਖ ਨੂੰ ਥੋੜ੍ਹਾ ਕੋਈ ਦੱਸ ਸਕਦਾ ਹੈ ਕਿ ਕਿਹੋ ਜਿਹਾ ਦੁੱਖ ਹੈ ਮਹਾਰਾਜ ਨੇ ਸੰਕੇਤ ਕਰ ਦਿੱਤਾ ਕਿ ਭਾਈ ਉਹ ਦੁੱਖ ਗਿਣਿਆ ਨਹੀਂ ਜਾਣਾ ਜੇ ਹੁਣ ਵੀ ਤੂੰ ਪਰਮਾਤਮਾ ਦੇ ਨਾਮ ਤੋਂ ਉਹਦੇ ਮਿਲਾਪ ਤੋਂ ਵਾਂਝਾ ਹੀ ਰਹਿ ਗਿਆ ਅਤੇ ਫਿਰ ਇਹ ਵੱਡਾ ਦੁੱਖ ਹੈ ਸੋ ਜਿੰਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਮਹਾਰਾਜ ਜੀ ਫਰਮਾਉਂਦੇ ਨੇ ਜਿਨ੍ਹਾਂ ਨੇ ਭਾਈ ਉਸ ਪ੍ਰਭੂ ਦੀ ਪ੍ਰਾਪਤੀ ਕਰ ਲਈ ਉਹਦੇ ਵਿੱਚ ਅਭੇਦਤਾ ਕਰ ਲਈ ਜਿਹਨੇ ਉੱਦਮ ਕੀਤਾ ਉਪਰਾਲਾ ਕੀਤਾ ਸੇਵਾ ਅਤੇ ਸਿਮਰਨ ਦੇ ਵਿੱਚ ਜੁੱਟ ਗਿਆ ਹਜ਼ੂਰ ਫਰਮਾਉਂਦੇ ਨੇ ਤਿੰਨਾ ਭਾਗ ਮਣਾ ਮਣਾ ਮੂੰਹੀ ਭਾਗ ਆ ਉਹਨਾਂ ਦੇ ਵੱਡੇ ਭਾਗ ਨੇ ਉਹ ਵੱਡਿਆਂ ਭਾਗਾਂ ਵਾਲੇ ਨੇ ਅਸੀਂ ਤਾਂ ਕਹਿੰਦੇ ਨਾ ਜੀ ਸਾਡੇ ਤਾਂ ਜਦੋਂ ਭਾਗ ਭਾਗਾਂ ਵਿੱਚ ਹੋਵੇਗਾ ਫਿਰ ਅਸੀਂ ਅੰਮ੍ਰਿਤ ਛਕਾਂਗੇ ਭਾਗਾਂ ਵਿੱਚ ਹੋਵੇਗਾ ਫਿਰ ਅਸੀਂ ਨਾਮ ਜਪਾਂਗੇ ਮਹਾਰਾਜ ਕਹਿੰਦੇ ਨਹੀਂ ਭਾਈ ਪਹਿਲੇ ਨਾਮ ਜਪ ਅਤੇ ਤੇਰੇ ਭਾਗ ਬਣਨੇ ਹੀ ਤਾਂ ਹੈ ਹਜ਼ੂਰ ਫਰਮਾਉਂਦੇ ਨੇ ਜਿਨ੍ਹਾਂ ਨੇ ਭਾਈ ਐਸੇ ਪ੍ਰਭੂ ਦੇ ਵਿੱਚ ਅਭੇਦਤਾ ਪ੍ਰਾਪਤ ਕੀਤੀ ਉੱਦਮ ਕੀਤਾ ਨਾਮ ਜਪਿਆ ਤਿੰਨਾਂ ਦੇ ਭਾਗ ਵੱਡੇ ਨੇ ਮਣਾ ਮੂੰਹ ਵੱਡੇ ਭਾਗ ਨੇ ਹਰ ਦਰਗਾਹ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਣਾ ਹੁਣ ਅਰਦਾਸ ਬੇਨਤੀ ਗੁਰਸਿੱਖ ਦੀ ਕਿ ਮਹਾਰਾਜ ਸਾਡੀ ਬੇਨਤੀ ਹੈ ਸਾਡੀ ਅਰਦਾਸ ਹੈ ਹਰ ਦਰਸ਼ਨ ਕੋ ਮਨ ਲੋਚਦਾ ਮਹਾਰਾਜ ਆਪ ਜੀ ਦੇ ਦਰਸ਼ਨਾਂ ਨੂੰ ਸਾਡੇ ਮਨ ਦੀ ਚਾਹਣਾ ਹੈ ਮਨ ਦੇ ਵਿੱਚ ਇੱਛਾ ਹੈ ਆਪ ਸਾਡੀ ਇਸ ਇੱਛਾ ਨੂੰ ਪੂਰਨ ਕਰੋ ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿਮਤ ਕਰੋ ਨਾਨਕ ਪਿਆਸ ਮਣਾ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਡੀ ਪਿਆਸ ਸਾਡੇ ਮਨ ਦੇ ਵਿੱਚ ਲੱਗੀ ਹੋਈ ਹੈ ਤਾਂ ਜੀ ਮਹਾਰਾਜ ਨੇ ਫਰਮਾਇਆ ਨਾ ਜਿਹੜੇ ਗੁਰਸਿੱਖ ਇਸ ਪਾਸੇ ਉਪਰਾਲਾ ਕਰ ਲੈਂਦੇ ਨਾ ਕਿ ਅਸੀਂ ਗੁਰਦੁਆਰਾ ਸਾਹਿਬ ਜਾਣਾ ਝਾੜੂ ਦੇਣਾ ਸੇਵਾ ਕਰਨੀ ਹੈ ਰੁਮਾਲੇ ਵਿਛਾਉਣੇ ਆ ਇਸ਼ਨਾਨ ਕਰਾਉਣਾ ਹੈ ਸੋ ਜਦੋਂ ਇੱਥੋਂ ਤੱਕ ਸ਼ਰਧਾ ਬਣ ਜਾਂਦੀ ਨੇ ਤਾਂ ਭਰਦੀ ਅਤੇ ਫਿਰ ਕਿਹੋ ਜਿਹੀ ਹਾਲਤ ਬਣ ਜਾਂਦੀ ਝੱਖੜ ਚਾਗੀ ਮੀਂਹ ਵਰਸਾ ਭੀ ਗੁਰ ਦੇਖਣ ਜਾਏ ਕਹਿੰਦੇ ਝੱਖੜ ਵੱਜਦਾ ਹੋਵੇ ਕੋਈ ਬਹਾਨਾ ਨਹੀਂ ਮੀਂਹ ਵਰਦਾ ਹੋਵੇ ਮੋਹਲੇ ਧਾਰ ਤਾਂ ਵੀ ਕੋਈ ਉਹਦੇ ਵਿੱਚ ਸੰਸਾ ਨਹੀਂ ਕਿ ਨਹੀਂ ਪ੍ਰਭੂ ਦੇ ਦਰਸ਼ਨਾਂ ਨੂੰ ਜਾਣਾ ਹੈ ਐਸੀ ਪਿਆਸ ਮਨ ਵਿੱਚ ਲੱਗ ਕੇ ਆਉਂਦੀ ਹੈ ਹਜ਼ੂਰ ਪਾਤਸ਼ਾਹ ਜੀ ਆਪ ਰਹਿਮਤ ਕਰੋ ਸਾਡੇ ਮਨਾਂ ਵਿੱਚ ਵੀ ਆਪ ਜੀ ਦੇ ਦਰਸ਼ਨਾਂ ਦੀ ਐਸੀ ਖਿੱਚ ਪਿਆਸ ਬਣ ਜਾਵੇ ਸੋ ਚੇਤ ਮਿਲਾਏ ਸੋ ਪ੍ਰਭੂ ਤਿਸ ਕਹਿ ਪਾਏ ਲੱਗਾ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਸੰਤ ਭਗਤ ਨਾਮ ਰਸੀਆ ਬ੍ਰਹਮ ਗਿਆਨੀ ਤਤਵੇਤਾ ਕੋਈ ਸਾਨੂੰ ਵੀ ਫੜ ਕੇ ਆਪ ਜੀ ਦੇ ਚਰਨਾਂ ਨਾਲ ਜੋੜ ਦੇਵੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਦੇਵੇ ਗੁਰੂ ਕੀ ਬਾਣੀ ਪੜ੍ਹਨ ਲਾ ਲਵੇ ਨਾਮ ਜਪਣ ਦਾ ਢੰਗ ਦੱਸ ਦੇਵੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਚੇਤ ਦਾ ਮਹੀਨਾ ਸਾਡੇ ਲਈ ਸਫਲਾ ਹੋ ਜਾ ਚੇਤ ਦਾ ਮਹੀਨਾ ਇਹ ਮਨੁੱਖਾ ਜਨਮ ਹੀ ਸਫਲਾ ਹੋ ਜਾਵੇ ਐਸੀ ਕਿਰਪਾ ਕਰ ਦਿਓ ਆਪ ਚੇਤ ਮਿਲਾਏ ਸੋ ਪ੍ਰਭੂ ਤਿਸ ਕਹਿ ਪਾਏ ਲੱਗਾ ਉਸ ਬ੍ਰਹਮ ਗਿਆਨੀ ਮਹਾਂਪੁਰਖ ਤਤਵੇ ਤੇ ਗੁਰਮੁਖ ਪਿਆਰੇ ਸੰਤ ਭਗਤ ਉਹਦੇ ਚਰਨਾਂ ਨਾਲ ਲੱਗ ਜਾਈਏ ਮਹਾਰਾਜ ਜਿਹੜਾ ਫੜ ਕੇ ਬਹੁ ਕਹਿ ਦੇਵੇ ਉਹ ਗੁਰਮੁਖਾ ਕਿਉਂ ਜੀਵਨ ਵਿਅਰਥਾ ਗਵਾਉਣਾ ਹੈ
आ प्रभु की बाणी गाया कर, बाणी पढ़िया कर, संथिया करिया कर, पांच बाणिया पढ़िया कर, सुखनी साहब पढ़िया कर, महाराज जिहड़ा फड़ के सानू इधर जोड़ लवे ना उहदे चरणां ते पै जाइए। ये मारे रस्ता दस्या धन गुरु अर्जन साहब सच्चे पातशाह जी ने। सो भाई इस स्थान ते स्थान दे हेड ग्रंथी भाई बलविंदर सिंह जी दा उपराला है, समुची दमदमी टकसाल दा उपराला है, संथिया कराई जांदी रोज़। ये बहुत वड्डा उपराला है भाई, गुरु की बाणी पढ़नी अखर संथिया समेत अर्थां समेत, ये भागा नाल ही इहो जिहे स्थान प्राप्त होणगे। हर पिंड च थोड़ो जा के संथिया कर सकदे आ। इह ते महापुरखां ने इत्थे जन्म लिया, इस स्थान ते दमदमी टकसाल ने उपराला किया, बैठे ने बाबा सोधी जी। सो जीओ आयां नूं महापुरख आए ने, किड्डा वड्डा किन्ना चिर इत्थे उपराला किया, उदयाला बनाया, तो फिर भाई संथिया शुरू हुई। तो लाभ तो आप लैना, इस नगर के बच्चे बच्चियां सारे भाई संथिया कोई भी लै सकता है, जां आंढ गुआंढ दे होर जिन्ने पिंड है, आपां नूं वध तो वध उपराला करके बच्चियां नूं इस पासे जोड़ना चाहिए। किन्ने अज यतन किए जा रहे ने कि नशियां तो बचाया जाए बच्चियां नूं, भैड़ियां आदतां तो बचाया जाए। आह ही वड्डा उपराला है भाई, जिहड़े बच्चे ने पंज बाणियां की संथिया कर ली, उस तो बाद धन गुरु ग्रंथ साहब जी की बाणी की संथिया कर ली, उहदी जिंदगी का बेस बन गया, उहदी नींह बन गई, नींह पक्की हो गई। वो दुनिया च जिथे भी जाएगा मन में यह भावना रखेगा कि गुरु की बाणी साडा गुरु है, कदे भी भैड़ी संगत च नहीं पएगा, महाराज इहो जी कृपा कर देणगे। सो इस वास्ते सारे बच्चे बच्चियां वध तो वध, काफ़ी बच्चे दस ने देखिया संथिया करते हैं, होर भी उपराला करो, वध तो वध बच्चों संथिया कराओ, बाणी पढ़ाओ, ताई एडे वड्डे किते उपराले का फायदा पूरा लाभ ताई है ना भाई। इस वास्ते सतगुरु जी रहमत करन, कृपा करन, अज खंडे बाटे का अमृत तैयार होना। हर संगरांद ते हुंदा है, जिन्हां ने भाई हले भी खंडे बाटे का अमृत नहीं ना छकिया, वो अमृत छको, गुरु वाले बनो, कलगीधर पातशाह दे पुत्र पुत्रियां बनो, सतगुरु जी रहमत करनगे। दास तो बेअंती गलतियां भुल्लां होईयां ने, मैं अखीर विच फिर नवें साल की समुचे सिख जगत नूं वधाई दिंदा। रात भी आपां कीर्तन दरबार करवाया, विचारां होईयां, नवां साल सतगुरु के चरणों में आपां नवें साल की आरंभता की। हुण भी यही अरदास बेनती है, महाराज चेत का महीना चढ़िया है, सिखां दा नवां साल चढ़िया है, सारिआं ते महाराज रहमत करो, कृपा करो, सानू अपनी नाम बाणी नाल जोड़ लो, यही अरदासां बेनतियां। सारे खालसा पंथ नूं नवें साल की बहुत बहुत वधाई होवे, फुल्लां चुक्कां की खेमा बख्शिश करनी जी।